ਗਿੱਦੜਬਾਹਾ ਦੇ ਰਹਿਣ ਵਾਲੇ ਸ੍ਰੀ ਮੁਕਤਸਰ ਸਾਹਿਬ ਤੋਂ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸਿੰਪੀ ਬਾਂਸਲ ਵੱਲੋਂ ਅੱਜ ਪੰਜਾਬ ਦੇ ਖਜ਼ਾਨਾ ਮੰਤਰੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਜੀ ਜਿਨ੍ਹਾਂ ਦਾ ਬੀਤੇ ਦਿਨੀ ਦੇਹਾਂਤ ਹੋ ਗਿਆ ਸੀ ਉਸ ਤੇ ਉਹਨਾਂ ਦੁੱਖ ਦਾ ਪ੍ਰਗਟਾਵਾ ਕੀਤਾ। ਸਿੰਪੀ ਬਾਂਸਲ ਨੇ ਕਿਹਾ ਕਿ ਮੇਰੇ ਪਿਤਾ ਜੀ ਅਤੇ ਸਾਡੇ ਪਰਿਵਾਰ ਦਾ ਸਰਦਾਰ ਗੁਰਦਾਸ ਸਿੰਘ ਬਾਦਲ ਨਾਲ ਪਾਰਟੀ ਬਾਜ਼ੀ ਤੋਂ ਹਟ ਕੇ ਇੱਕ ਨਿੱਜੀ ਰਿਸ਼ਤਾ ਸੀ ਅਤੇ ਅਸੀਂ ਸਮੇਂ ਸਮੇਂ ਤੇ ਇੱਕ ਦੂਜੇ ਨਾਲ ਖੁਸ਼ੀ ਅਤੇ ਗਮੀ ਦੇ ਭਾਈਵਾਲ ਸਾਂ। ਹੋਰ ਕੀ ਕੁਛ ਕਿਹਾ, ਮਾਰਦੇ ਇੱਕ ਨਜ਼ਰ। ਹਾਂਜੀ, ਸਿੰਪੀ ਜੀ, ਗੁਰਦਾਸ ਸਿੰਘ ਬਾਦਲ ਸਾਬਕਾ ਐਮ ਪੀ ਦੀ ਬੀਤੇ ਦਿਨੀ ਮੌਤ ਹੋਈ ਹੈ। ਤੁਹਾਡੇ ਪਰਿਵਾਰ ਨਾਲ ਬੜੇ ਪਰਿਵਾਰਕ ਰਿਲੇਸ਼ਨ ਸੀਗੇ ਜੀ, ਕੀ ਕਹਿਣਾ ਚਾਹੁੰਦੇ ਹੋ? ਸਰਦਾਰ ਗੁਰਦਾਸ ਸਿੰਘ ਜੀ ਬਾਦਲ ਸਾਹਿਬ ਮੇਰੇ ਪਿਤਾ ਦੇ ਸਮਾਨ ਸੀ। ਮੇਰੇ ਪਿਤਾ ਜੀ ਸਵਰਗੀ ਸ਼੍ਰੀ ਮਿੱਠੂ ਜੀ ਅਤੇ ਸਵਰਗੀ ਸਰਦਾਰ ਗੁਰਦਾਸ ਸਿੰਘ ਜੀ ਬਾਦਲ ਸਾਹਿਬ ਦੋਨੇ ਬਹੁਤ ਟਾਈਮ ਲੰਬਾ ਸਮਾਂ, ਮੇਰਾ ਖਿਆਲ ਹੈ ਕਿ 40-45 ਸਾਲ ਉਹਨਾਂ ਨੇ ਇਕੱਠਿਆਂ ਨੇ ਸਾਥ ਲਗਾਇਆ। ਜਿਸ ਤਰ੍ਹਾਂ ਤੁਸੀਂ ਸੰਬੰਧ ਦੀ ਗੱਲ ਕਰਦੇ ਹੋ, ਸੰਬੰਧ ਦਾ ਤੁਸੀਂ ਅੰਦਾਜ਼ਾ ਆਪ ਲਗਾ ਲਓ ਵੀ ਬਾਦਲ ਸਾਹਿਬ ਮੇਰੇ ਪਿਤਾ ਦੀ ਸ਼ਾਦੀ 'ਚ ਵੀ ਗਏ, ਮੇਰੀ 'ਚ ਵੀ ਗਏ, ਮੇਰੀ ਭੈਣ ਦੇ 'ਚ ਵੀ ਗਏ। ਮੇਰੀ ਹੁਣ ਬੇਟੀ ਦਾ ਹਜੇ ਰਿਸ਼ਤਾ ਹੀ ਹੋਇਆ, ਵਿਆਹ ਲੋਕਡਾਊਨ ਕਰਕੇ ਲੇਟ ਹੋ ਗਿਆ। ਇੰਨਾ 'ਚ ਪਰਮਾਤਮਾ ਨੇ ਉਹਨਾਂ ਨੂੰ ਆਪਦੇ ਕੋਲ ਸੱਦ ਲਿਆ, ਉਸ ਮਹਾਨ ਪੁਰਸ਼ ਨੂੰ। ਉਹ ਮੇਰੇ ਰਿਸ਼ਤੇਦਾਰਾਂ ਕੋਲ ਵੀ ਵਿਆਹ ਤੋਂ ਪਹਿਲਾਂ ਜਾ ਕੇ ਆਏ ਵੀ ਸਾਡੀ ਪੋਤੀ ਹੈ ਜੀ। ਔਰ ਸਿਆਸਤਦਾਨ ਕਿਸ ਤਰ੍ਹਾਂ ਦੇਖਦੇ ਹੋ ਗੁਰਦਾਸ ਸਿੰਘ ਬਾਦਲ? ਸਰਦਾਰ ਗੁਰਦਾਸ ਸਿੰਘ ਬਾਦਲ ਸਾਹਿਬ ਜਿਹੜੇ ਸਿਆਸਤਦਾਨ ਸੀ, ਉਹਨਾਂ ਨਾਲ ਦਾ ਨਿਹਾਤ ਸ਼ਰੀਫ ਅਤੇ ਵਧੀਆ ਇਨਸਾਨ ਅਤੇ ਸਿਆਸਤਦਾਨਾਂ ਬਹੁਤ ਵੱਡੀ ਗੱਲ। ਉਹਨਾਂ ਨੇ ਆਪਦੀ ਜ਼ਿੰਦਗੀ 'ਚ, ਕਿਉਂਕਿ ਮੈਨੂੰ ਉਹਨਾਂ ਦਾ ਹਰ ਨਿੱਕੀ ਨਿੱਕੀ ਚੀਜ਼ ਦਾ ਪਤਾ, ਗਰੀਬ ਨੂੰ ਪਿਆਰ ਕਰਦੇ ਸੀ, ਸੱਚਾਈ ਨਾਲ ਆਲਮੋਸਟ ਉਹ ਖੜ੍ਹਦੇ ਸੀ। ਉਹਨਾਂ ਨੇ ਕਿਸੇ ਦਾ ਜੇ ਫਾਇਦਾ ਨਹੀਂ ਨਾ ਕੀਤਾ ਤਾਂ ਜ਼ਿੰਦਗੀ 'ਚ ਆਪਦੇ 'ਚ ਕਿਸੇ ਦਾ ਨੁਕਸਾਨ ਨਹੀਂ ਕੀਤਾ। ਔਰ ਉਹਨਾਂ ਨੇ ਆਪਦੇ ਸਾਥੀ ਜਿੰਨੇ ਵੀ ਉਹਨਾਂ ਦੇ ਪੁਰਾਣੇ ਸਾਥੀ ਹੈ, ਤੁਸੀਂ ਦੇਖ ਲਓ, ਤੁਸੀਂ ਸ਼ਹਿਰ 'ਚ ਚੈੱਕ ਕਰ ਲਓ, ਆਸ ਪਾਸ ਪਿੰਡਾਂ 'ਚ ਪਤਾ ਕਰ ਲਓ, ਉਹਨਾਂ ਨੇ ਕਦੇ ਆਪਦੇ ਸਾਥੀਆਂ ਨੂੰ ਛੱਡਿਆ। ਉਹਨਾਂ ਨੇ ਇਹ ਨਹੀਂ ਸੋਚਿਆ ਵੀ ਮੈਂ ਬਹੁਤ ਅਮੀਰ ਬੰਦੇ ਨਾਲ ਮੇਰੀ ਦੋਸਤੀ ਹੋਵੇ, ਉਹ ਜ਼ਿਆਦਾਤਰ ਗਰੀਬ ਨਾਲ ਹੀ ਉਹਨਾਂ ਦੀ ਦੋਸਤੀ ਰਹੀ। ਔਰ ਦੋਨੇ ਭਰਾਵਾਂ ਨੇ ਬਾਦਲ ਸਾਹਿਬ ਨਾਲ, ਉਹਨਾਂ ਨੇ ਕਦੇ ਬਾਦਲ ਸਾਹਿਬ ਦਾ ਸਾਥ ਨਹੀਂ ਛੱਡਿਆ, ਉਹ ਹੁਣ ਤੱਕ ਤੁਹਾਨੂੰ ਸਾਰਾ ਪਤਾ। ਤੁਹਾਡੇ ਪਰਿਵਾਰ ਨਾਲ ਜੋ ਸੰਬੰਧ ਸੀਗੇ ਜੀ, ਉਹਨਾਂ ਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਕਿੰਨਾ ਕੁ ਵੱਡਾ ਘਾਟਾ ਤੁਹਾਡੇ ਲਈ ਨਿੱਜੀ ਤੌਰ 'ਤੇ? ਨਿੱਜੀ ਤੌਰ 'ਤੇ ਜੀ, ਮੇਰੇ ਪਿਤਾ ਜੀ ਦੀ ਮੌਤ ਤੋਂ ਬਾਅਦ ਸਾਨੂੰ ਉਹਨਾਂ ਦਾ ਸਲਾਹ ਸੀ, ਪਿਤਾ ਦੇ ਸਮਾਨ ਸੀ। ਜਦੋਂ ਮੇਰੇ ਫਾਦਰ ਸਾਹਿਬ ਦੀ ਡੈਥ ਹੋਈ, ਫਸਟ ਆਫ ਆਲ ਸਾਰੀ ਫੈਮਿਲੀ ਨੂੰ ਕਹਿੰਦੇ ਵੀ ਬੇਟਾ ਮੈਂ ਮਿੱਠੂ ਜੀ ਦਾ ਨਹੀਂ ਬਣ ਸਕਦਾ, ਪਰ ਜੋ ਮੈਂ ਤੁਹਾਡੇ ਪਰਿਵਾਰ ਲਈ ਕਰ ਸਕਦਾ ਉਹ ਮੈਂ 24 ਘੰਟੇ ਹਾਜ਼ਰ ਹਾਂ। ਔਰ ਦੇਖੋ, ਉਹਨਾਂ ਨੇ ਮੇਰੀ ਭੈਣ ਨੂੰ, ਮੇਰੀ ਸਿਸਟਰ ਹੈ ਜੋ ਅੱਜ ਮੈਰਿਡ ਹੈ, ਉਹ ਜਦੋਂ ਗ੍ਰੈਜੂਏਸ਼ਨ, ਉਦੋਂ ਪਲੱਸ ਟੂ ਤੋਂ ਬਾਅਦ ਗ੍ਰੈਜੂਏਸ਼ਨ ਦਾ ਸਿਸਟਮ ਸੀ, ਚੰਡੀਗੜ੍ਹ ਆਪ ਜਾ ਕੇ ਐਡਮਿਸ਼ਨ ਕਰਾ ਕੇ ਆਉਂਦੇ, ਮੇਰੀ ਬੇਟੀ ਦੀ ਐਡਮਿਸ਼ਨ ਆਪ ਜਾ ਕੇ ਕਰਾ ਕੇ, ਰਿਸ਼ਤੇ ਨਾਤਿਆਂ ਦੇ ਵਿੱਚ ਉਹ ਆਪ ਜਾਂਦੇ। ਤਾਂ ਜੋ ਘਾਟਾ ਮੇਰੇ ਪਰਿਵਾਰ ਲਈ ਜਾਂ ਮੈਨੂੰ ਪਰਸਨਲੀ ਪਿਆ, ਸ਼ਾਇਦ ਉਹ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ। ਕੀ ਸ਼ਰਧਾਂਜਲੀ ਕੀ ਦੇਣੀ ਚਾਹੋਗੇ ਜੀ, ਕਿਸ ਤਰ੍ਹਾਂ ਦੀ ਸ਼ਰਧਾਂਜਲੀ? ਪਿਓ ਨੂੰ ਕਿ ਪੁੱਤ ਕੀ ਸ਼ਰਧਾਂਜਲੀ ਦੇ ਸਕਦਾ, ਉਹਦੇ ਤਾਂ ਸਿਰਫ ਸਾਡਾ ਤਾਂ ਹੀ ਹੈ ਜੀ, ਜੋ ਉਹਨਾਂ ਦੇ ਪੂਰਨੇ ਸੀ, ਜੋ ਉਹਨਾਂ ਨੇ ਸਾਨੂੰ ਸਿੱਖਿਆ ਦਿੱਤੀ, ਉਸੇ ਸਿੱਖਿਆ ਦੇ ਚੱਲਾਂਗੇ। ਗੁਰਬਾਣੀ ਅਖੰਡ ਬਾਣੀ ਵਾਸਤੇ ਸ੍ਰੀ ਮੁਕਤਸਰ ਸਾਹਿਬ ਤੋਂ ਸੋਨੀ ਡੱਲਾ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ।